ವಾಹಿಗುರು ಸಾಹೇಬ
ਸੰਪੂਰਨ ਦਾਇਨ ਵਖਰਾਦੇ ਹੋਇਆ ਪੱਛਮ ਰਾਹ ਪ੍ਰਸ਼ਾਦੀ ਦੇ ਸਾਜ ਕਰਕੇ ਹਾਜ਼ਰ ਹੈ। ਆ ਕਿਰਪਾ ਕਰੋ ਜੀ, ਭੋਗ ਲਾਵੋ ਕਰੀ ਪਾਕ ਸਾਰ ਸੋਜ ਪਵਿੱਤਰਾ ਹਮਲਾਵੋ ਭੋਗ ਲਾਏ ਆਪ ਜੀ ਕੋ ਭੋਗ ਲੱਗੇ ਚੀਰ ਪ੍ਰਸਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਜਪੇ। ਦੇਖ ਸਜਾਉਂਦਿਆਂ ਤੋਂ ਹੋਈਆਂ ਭਲਾ ਦੀ ਖਿਮਾ ਜੀ ਨੂੰ ਸਮਾਪਤ ਬਖਸ਼ੀ ਮਹਾਰਾਜ ਆਏ ਕਿ ਸੰਗਤ ਦੀ ਹਾਜ਼ਰੀ ਦਾ ਲਿਖੇ ਪ੍ਰਵਾਨ ਕਰਨੀ ਸਭਦੀਆਂ ਤਰਫੋਂ ਭੇਟਾਵਾਂ ਸੇਵਾਵਾਂ ਦਾਤੇ ਪ੍ਰਵਾਨ ਕਰਨੀਆਂ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਨਾਮੇ ਸੁਣਾ ਕਰਕੇ ਨਿਹਾਲ ਕਰੋ ਜੀ। ਸਰਬਾਜੇ ਕਾਲ ਦਾਸ ਕਰੋ ਖੜਗ ਕੇਦਮਾ ਸਰਮ ਤਿਹਾਰੀ, ਆਪ ਆਖਦੇ ਲਿਓ ਉਬਾਰੀ, ਸਭ ਡਾਰਮਾ ਹੋ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ, ਜੀ ਜੰਡ ਸਭ ਸਰਮ ਤੁਮਾਰੀ, ਸਭ ਚਿੰਤ ਤੁਤ ਪਾਸੇ, ਜੋ ਤੁਤ ਭਾਵ ਹੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਦੁਹਰਾ ਪਿਆ
ਬਹੁਤ ਹੀ ਖੁਸ਼ੀਆਂ ਭਰੇ ਸਮੇਂ ਤੇ ਜੁੜ ਕੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਹਨਾਂ ਤੋਂ ਇਹ ਪਿਆ ਸੰਯੋਗ। ਗੁਰਬਾਣੀ ਦੇ ਇਹਨਾਂ ਫਰਮਾਨਾਂ ਦੇ ਮੁਤਾਬਕ ਕਾਕਾ ਜੀ ਦਾ ਤੇ ਬੀਬਾ ਜੀ ਦਾ ਆਨੰਦ ਕਾਰਜ ਹੋ ਕੇ ਹਟਿਆ ਹੈ, ਪੂਰਨ ਗੁਰੂ ਮਰਿਆਦਾ ਅਨੁਸਾਰ। ਤੇ ਆਪਾਂ ਸਭ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਖੁਸ਼ੀਆਂ ਭਰੇ ਮੌਕੇ ਤੇ ਹਾਜ਼ਰੀਆਂ ਭਰੀਆਂ ਨੇ। ਸਭ ਤੋਂ ਪਹਿਲਾਂ ਸਾਰੀ ਸੰਗਤ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ ਕਾਕਾ ਜੀ ਦੇ ਪਰਿਵਾਰ ਨੂੰ ਤੇ ਕੰਗ ਪਰਿਵਾਰ ਨੂੰ, ਬੀਬਾ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਇਸ ਮੁਬਾਰਕ ਸਮੇਂ ਦੀ ਵਧਾਈ। ਅੱਜ ਜੋ ਸਮਾਂ ਦੋਹਾਂ ਪਰਿਵਾਰਾਂ ਤੇ ਆਇਆ ਹੈ, ਰਿਸ਼ਤੇਦਾਰੀ ਬਣੀ ਹੈ। ਕੁਝ ਦਿਨ ਪਹਿਲਾਂ ਇੱਥੇ ਸਾਰੇ ਕੰਗ ਪਰਿਵਾਰ ਨੇ ਗੁਰੂ ਸਾਹਿਬ ਦਾ ਉਹ ਟਾਸਰਾ ਲਿਆ ਸੀ, ਉਦੋਂ ਵੀ ਆਪਾਂ ਸਾਰੇ ਇੱਥੇ ਹਾਜ਼ਰ ਹੋਏ ਸੀ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਹਟੇ ਹਾਂ ਕਿ ਗੁਰੂ ਮਹਾਰਾਜ ਇਸ ਬਣੀ ਨਵੀਂ ਬਣੀ ਜੋੜੀ ਨੂੰ, ਜਿਸਨੇ ਗ੍ਰਿਸ਼ਤ ਮਾਰਗ ਵਿੱਚ ਪ੍ਰਵੇਸ਼ ਕਰ ਲਿਆ ਹੈ, ਇਸ ਨੂੰ ਲੰਬਾ ਭਾਗਾਂ ਭਰਿਆ, ਕਾਮਯਾਬੀਆਂ ਵਾਲਾ ਤੇ ਤੰਦਰੁਸਤੀ ਵਾਲਾ ਇਹਨਾਂ ਨੂੰ ਗ੍ਰਿਸ਼ਤ ਜੀਵਨ ਬਖਸ਼ਣ। ਆਪਣੇ ਮਾਰਗ ਤੇ ਚੱਲਦੇ ਹਾਂ, ਇਹ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਜੀ ਇਹਨਾਂ ਨੂੰ ਬਖਸ਼ਣ। ਬੱਚੇ ਬਹੁਤ ਸਿਆਣੇ ਨੇ, ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਨੇ, ਬੜੇ ਦੂਰ ਦੇਸ਼ੀ ਨੇ। ਆਪਾਂ ਜਾਣਦੇ ਹਾਂ ਕੰਗ ਪਰਿਵਾਰ, ਜਿਸਨੇ ਕਿ ਆਪਣੀ ਬਹੁਤ ਹੀ ਲਾਡਲੀ ਬੜੀ ਪਿਆਰੀ ਬੇਟੀ ਦਾ ਅਮਰੀਕਾ ਤੋਂ ਆ ਕੇ ਇੱਥੇ ਆਨੰਦ ਕਾਰਜ ਕੀਤਾ ਹੈ, ਬਹੁਤ ਇਸ ਗੱਲ ਦਾ ਆਪਾਂ ਸਭ ਨੂੰ ਮਾਣ ਹੈ। ਬੜਾ ਆਪਣੇ ਇਲਾਕੇ ਦਾ ਸਿਰਕਟ ਪਰਿਵਾਰ ਆ, ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਪਰਿਵਾਰ ਦੀ ਬਹੁਤ ਵੱਡੀ ਘਾਲਣਾ, ਬੜੀ ਵੱਡੀ ਦੇਣ ਹੈ। ਜਿਹਦਾ ਗੁਰਪਾਲ ਸਿੰਘ ਜੀ ਬੈਠੇ ਨੇ, ਆਪਣਾ ਵੀਰ ਸਾਹਿਬ ਕਮਲਜੀਤ ਸਿੰਘ ਜੀ ਨੀਟੂ ਇਹ ਅੱਜ ਨਹੀਂ ਸ਼ਾਮਲ ਹੋ ਸਕਿਆ, ਭੈਣ ਜੀ ਆਏ ਨੇ, ਲੇਕਿਨ ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ ਪਹਿਲਾਂ ਆਨੰਦ ਕਾਰਜ ਦਾ ਪ੍ਰੋਗਰਾਮ ਬਣਾ ਲਿਆ, ਬਰਾਤ ਇੱਥੇ ਆਈ ਸਿੱਧੀ, ਤੇ ਹੁਣ ਆਪਾਂ ਸਾਰਿਆਂ ਨੇ ਪੈਲਸ ਜਾ ਕੇ ਬਾਕੀ ਉੱਤੇ ਜੀ ਐ ਆਖਦੇ ਹਾਂ ਅਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ। ਇੰਨਾ ਕੁਛ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਤੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇੱਧਰ ਦੇਖੋ ਜੀ, ਇੱਧਰ ਹਾਂਜੀ ਸਰ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ। ਤੁਸੀਂ ਖੜੇ ਹੋ ਜਾਓ ਪਲੀਜ਼।